ਬੜੌਦਾ ਵਿੱਚ ਇੱਕ ਬਹੁਤ ਵੱਡੇ ਇਜਲਾਸ ਵਿੱਚ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹਿਬਰ, ਬੜੀ ਚਰਚਾ ਹੋਈ ਸੀ ਉਦੋਂ ਹਿੰਦੁਸਤਾਨ ਵਿੱਚ, ਇਹ ਭੁੱਲਾ ਹੋਇਆ ਰਹਿਬਰ ਹੈ, ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲਈ, ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਤੋਪਾਂ ਅੱਗੋਂ ਲਿਆਇਆ, ਗਲੇ ਵਿੱਚ ਮਾਲਾ ਪਹਿਨਾਉਣੀ ਸੀ, ਤਲਵਾਰਾਂ ਤੇ ਕਿਰਪਾਨਾਂ ਪਵਾ ਛੱਡੀਆਂ। ਇਹ ਮਹਾਤਮਾ ਗਾਂਧੀ ਦੇ ਬੋਲ ਸਨ। ਖੁਸ਼ਕਿਸਮਤੀ ਸਮਝ ਲਓ ਕੌਮ ਦੀ, ਉਹਨਾਂ ਦਿਨਾਂ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਜ਼ਿੰਦਾ ਸਨ, ਉਹ ਸਿੱਧਾ ਹੀ ਚਲੇ ਗਏ ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਅਹਿਮਦਾਬਾਦ ਵਿੱਚ ਬਣਾਇਆ ਸੀ। ਦੱਸਿਆ ਵੀ ਮੈਂ ਸਿੱਖ ਮਿਸ਼ਨਰੀ ਹਾਂ ਤੇ ਬੜੌਦਾ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਉਸ ਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਕਰਨਾ ਹੈ। ਟਾਲ ਮਟੋਲ ਤੇ ਬੜੀ ਕੀਤੀ ਮਹਾਤਮਾ, ਮੈਂ ਬਹਿਸ ਨਹੀਂ ਕਰਨੀ, ਇਹ ਨਹੀਂ ਉਹ ਨਹੀਂ, ਪਰ ਗੰਗਾ ਸਿੰਘ ਸਿੱਧੇ ਹੋ ਗਏ ਜੇ ਬਹਿਸ ਨਹੀਂ ਕਰਨੀ ਤੇ ਇਤਨੇ ਲਫ਼ਜ਼ ਉੱਥੇ ਕਹੇ ਕਿਉਂ ਨੇ, ਇਹ ਤੇ ਕਰਨੀ ਪਏਗੀ, ਹੁਣ ਵਿਚਾਰ ਤੇ ਕਰਨੀ ਪਏਗੀ। ਉਹ ਕਹਿਣ ਲੱਗੇ, ਅੱਛਾ ਮੈਂ ਨਹੀਂ ਆਪਣੇ ਕੁਝ ਵਿਚਾਰ ਦੱਸਦਾ, ਤੂੰ ਹੀ ਦੱਸ। ਗੰਗਾ ਸਿੰਘ ਨੇ ਗੱਲ ਇੱਥੋਂ ਸ਼ੁਰੂ ਕੀਤੀ ਵੀ ਤੁਸੀਂ ਹਰ ਥਾਂ ਤੇ ਕਹਿੰਦੇ ਹੋ ਗੀਤਾ ਮੇਰੀ ਮਾਂ ਹੈ, ਗੀਤਾ ਨੂੰ ਮਾਂ ਕਹਿੰਦੇ ਸਨ ਮਹਾਤਮਾ ਗਾਂਧੀ, ਤੇ ਮਾਂ ਹੈ ਮੇਰੀ, ਔਰ ਜ਼ਿਆਦਾ ਪਾਠ ਪਠਨ ਉਸੇ ਦਾ ਹੀ ਕਰਦੇ ਸਨ ਕਿਉਂਕਿ ਗੀਤਾ ਦੇ ਕਰਮ ਫਿਲਾਸਫੀ ਬੜੀ ਜ਼ੋਰ ਦੀ ਹੈ ਤੇ ਸ਼ੁਭ ਕਰਮਾਂ ਦੇ ਉੱਤੇ ਮਹਾਤਮਾ ਗਾਂਧੀ ਬਹੁਤ ਜ਼ੋਰ ਦਿੰਦਾ ਰਿਹਾ ਤੇ ਜਿਹੜਾ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮ ਪਖੰਡ ਹੋਣਗੇ, ਉਹ ਅੱਜ ਚੰਗਾ ਕਰ ਰਿਹਾ ਕੱਲ ਮਾੜਾ ਕਰੇਗਾ, ਜੋ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮਾਂ ਦੀ ਕੋਈ ਜੜ ਨਹੀਂ ਆਉਂਦੀ। ਔਰ ਅਸੀਂ ਦੇਖਦੇ ਹਾਂ ਜਿਹਨਾਂ ਨੂੰ ਸ਼ੁਭ ਕਰਮਾਂ ਦੇ ਉੱਤੇ ਮਜਬੂਰ ਕਰਕੇ ਸ਼ੁਭ ਬਣਾਇਆ ਗਿਆ ਸੀ ਬਾਹਰੋਂ ਬਾਹਰੋਂ, ਅੱਜ ਉਹ ਦੇਸ਼ ਦੇ ਲੁਟੇਰੇ ਸਾਬਤ ਹੋਏ ਨੇ ਮਹਾਤਮਾ ਗਾਂਧੀ ਦੇ ਚੇਲੇ, ਔਰ ਦੇਸ਼ ਨੂੰ ਕਿੱਥੇ ਲੈ ਗਏ ਨੇ ਤੁਹਾਡੇ ਸਾਹਮਣੇ। ਖੈਰ ਕਿਧਰੇ ਨਿੰਦਕ ਮੈਨੂੰ ਨਾ ਸਮਝ ਲੈਣਾ ਤੇ ਇਹ ਵੀ ਨਾ ਸਮਝਣਾ ਕਿ ਮੈਂ ਕੋਈ ਸਿਆਸੀ ਗੱਲ ਛੇੜ ਰਿਹਾ, ਨਹੀਂ ਤੁਹਾਨੂੰ ਇੱਕ ਸਾਵਧਾਨ ਕਰ ਰਿਹਾ ਕਿ ਦੇਸ਼ ਵਿਦੇਸ਼ ਵਿੱਚ ਐਸੀਆਂ ਲਹਿਰਾਂ ਵੀ ਚੱਲ ਰਹੀਆਂ ਨੇ ਵੀ ਇਹ ਜਿਹੜੇ 5% ਜ਼ਿਆਦਾ ਨੇ ਕਿਸੇ ਤਰੀਕੇ ਨਾਲ ਘਟਾਇਆ ਜਾ, ਤਾਂ ਹੀ ਇਹਨਾਂ ਦੀ ਆਵਾਜ਼ ਦਬਾਈ ਜਾ ਸਕਦੀ ਹੈ, ਤਾਂ ਹੀ ਉੱਥੇ ਮਨ ਮਰਜ਼ੀ ਕੀਤੀ ਜਾ ਸਕਦੀ ਹੈ। ਔਰ ਕਰੀਬਨ 30-35 ਸਾਲ ਤੋਂ ਅਸੀਂ ਮਾਰ ਖਾ ਰਹੇ ਹਾਂ, 30-35 ਸਾਲ ਤੋਂ ਐਸਾ ਅਸੀਂ ਦੇਖਦੇ ਪਏ ਹਾਂ। ਖੈਰ ਮੁਖਤਸਰ ਕਰੀਏ, ਗੰਗਾ ਸਿੰਘ ਕਹਿਣ ਲੱਗੇ ਇਹ ਮਾਂ ਹੈ ਨਾ ਤੁਹਾਡੀ, ਉਹਨਾਂ ਨੇ ਕਿਹਾ ਹਾਂ ਮੇਰੀ ਮਾਂ ਹੈ, ਮੈਂ ਰੋਜ਼ਮਰਾ ਦੀ ਪ੍ਰੇਰਨਾ ਇਸ ਗੀਤਾ ਤੋਂ ਲੈਣਾ। ਗੰਗਾ ਸਿੰਘ ਕਹਿਣ ਲੱਗੇ ਮੈਨੂੰ ਵੀ ਸਨਮਾਨ ਹੈ ਇਸ ਗ੍ਰੰਥ ਦਾ, ਮੈਂ ਨਿੰਦਕ ਨਹੀਂ, ਇਹ ਕੀਮਤੀ ਗ੍ਰੰਥ ਹੈ, ਇਸ ਦੇਸ਼ ਦੀ ਕੀਮਤੀ ਸੌਗਾਤ ਹੈ, ਰਿਸ਼ੀ ਬਿਆਸ ਦੀ ਲਿਖੀ ਹੋਈ ਹੈ, ਅਸੀਂ ਕਦਰ ਕਰਦੇ ਹਾਂ, ਤੁਸੀਂ ਮਾਂ ਕਹਿੰਦੇ ਹੋ ਇਸ ਦੀ ਵੀ ਕਦਰ ਕਰਦੇ ਹਾਂ, ਪਰ ਜ਼ਰਾ ਇਹ ਦੱਸੋ ਕਿ ਇਹ ਗੀਤਾ ਉਚਾਰਨ ਕਿੱਥੇ ਹੋਈ ਹੈ, ਕਿਹੜੀ ਥਾਂ ਤੇ ਉਚਾਰਨ ਹੋਈ ਹੈ। ਇਤਿਹਾਸ ਦੇ ਖੋਜੀ ਇਸ ਗੱਲ ਨੂੰ ਜਾਣਦੇ ਨੇ, ਇਹ ਮੈਦਾਨੇ ਜੰਗ ਵਿੱਚ ਉਚਾਰਨ ਹੋਈ ਹੈ ਕੁਰੂਕਸ਼ੇਤਰ ਦੇ। ਅਰਜਨ ਨੇ ਧਨੁਸ਼ ਬਾਣ ਸੁੱਟ ਦਿੱਤਾ ਸੀ, ਯੁਧਿਸ਼ਟਰ ਨੇ ਤਲਵਾਰ ਸੁੱਟ ਦਿੱਤੀ ਸੀ, ਨਕਲ ਸਹਾਦੇਵ ਤੇ ਭੀਸ਼ਮ ਨੇ ਆਪਣੇ ਸ਼ਸਤਰ ਸੁੱਟ ਦਿੱਤੇ ਸਨ। ਅਰਜਨ ਨੇ ਸਿੱਧਾ ਹੀ ਕਹਿ ਦਿੱਤਾ ਭਗਵਾਨ ਅਸੀਂ ਨਹੀਂ ਲੜਨਾ। ਬਈ ਕਿਉਂ ਕਿਉਂ ਨਹੀਂ ਲੜਨਾ? ਤੂੰ ਅਰਜਨ ਕਹਿਣ ਲੱਗਾ ਉਹ ਦਰੋਣਾਚਾਰਜ ਮੇਰਾ ਚਚੇਰਾ ਭਰਾ, ਉਹ ਦੁਰਯੋਧਨ ਮੇਰਾ ਚਚੇਰਾ ਭਰਾ, ਉਹ ਦਰੋਣਾਚਾਰਜ ਮੇਰਾ ਗੁਰੂ,
ਉਹ ਬੇਸ਼ਮ ਮੇਰਾ ਪਿਤਾਮਾ ਆਪਣਿਆਂ ਨੂੰ ਮਾਰਾਂ, ਪਿਤਾਮੇ ਨੂੰ ਮਾਰਾਂ, ਗੁਰੂ ਨੂੰ ਮਾਰਾਂ, ਆਪਣੇ ਭਰਾ ਨੂੰ ਮਾਰਾਂ, ਮੈਂ ਨਹੀਂ ਲੜਨਾ। ਹਾਰ ਹੁੰਦੀ ਏ ਤੇ ਹਾਰ ਹੀ ਸਹੀ, ਨਹੀਂ ਕੁਛ ਮਿਲਦਾ ਤੇ ਨਾ ਹੀ ਸਹੀ, ਪਰ ਮੈਂ ਆਪਣਿਆਂ ਨੂੰ ਮਾਰਨਾ ਨਹੀਂ। ਧਨੁਸ਼ ਬਾਣ ਸੁੱਟ ਦਿੱਤਾ। ਸ੍ਰੀ ਕ੍ਰਿਸ਼ਨ ਨੇ ਸਮਝਾਇਆ, ਅਰਜਨ ਠੀਕ ਹੈ, ਮੈਂ ਮੰਨਦਾ ਹੈ ਤੇਰੇ ਆਪਣੇ ਨੇ, ਪਰ ਆਪਣੇ ਜਿਸਮ ਦੇ ਉੱਤੇ ਕੋਈ ਮਵਾਦ ਦੇ ਨਾਲ ਭਰਿਆ ਹੋਇਆ ਫੋੜਾ ਨਿਕਲ ਆਵੇ, ਜ਼ਹਿਰ ਨਾਲ ਭਰਿਆ ਹੋਇਆ, ਬੜੀ ਪੀੜਾ ਹੋਵੇ ਔਰ ਉਸ ਤੋਂ ਤੜਪਣਾ ਬੜੀ ਹੋਵੇ, ਤੂੰ ਚੀਰਾ ਦੇਣਾ ਪੈਂਦਾ, ਉਹ ਮਵਾਦ ਕੱਢਣੀ ਪੈਂਦੀ, ਭਾਵੇਂ ਆਪਣੇ ਜਿਸਮ ਦੀ ਕੱਢਣੀ ਪੈਂਦੀ, ਫੋੜਾ ਭਾਵੇਂ ਆਪਣਾ ਤਾਂ ਵੀ ਚੀਰਨਾ ਪੈਂਦਾ। ਇਹ ਸਾਰੇ ਤੇਰੇ ਆਪਣੇ ਨੇ, ਪਰ ਦੇਸ਼ ਧਰਮ ਨੂੰ ਚੰਬੜੇ ਫੋੜੇ ਨੇ, ਚੀਰਦੇ ਇਹਨਾਂ ਨੂੰ ਕੋਈ ਪਾਪ ਨਹੀਂ, ਮਾਰਦੇ ਇਹਨਾਂ ਨੂੰ ਕੋਈ ਪਾਪ ਨਹੀਂ। ਬੁਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਭਲੇ ਨੂੰ ਸੱਟ ਮਾਰਨਾ, ਅੰਧੇਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਰੋਸ਼ਨੀ ਵਾਸਤੇ ਰਸਤੇ ਬੰਦ ਕਰਨੇ ਨੇ। ਕ੍ਰਿਸ਼ਨ ਨੇ ਗੱਲ ਸਮਝਾਈ, ਸਮਝ ਚ ਆ ਗਏ। ਸੁੱਟਿਆ ਹੋਇਆ ਧਨੁਸ਼ ਬਾਣ ਅਰਜਨ ਨੇ ਫਿਰ ਚੁੱਕ ਲਿਆ। ਘਮਸਾਨ ਦਾ ਯੁੱਧ ਹੋਇਆ ਤੇ ਮਹਾਭਾਰਤ ਜੋ ਲਿਖੀ ਗਈ ਹੈ ਉਸਦੇ ਕਥਨ ਅਨੁਸਾਰ ਲੱਖਾਂ ਬੰਦੇ ਕਈ ਦਿਨ ਲੜਾਈ ਵਿੱਚ ਮੌਤ ਦੇ ਘਾਟ ਉਤਰੇ, ਔਰ ਕ੍ਰਿਸ਼ਨ ਦੇ ਦੋ ਬੋਲਾਂ ਕਰਕੇ। ਜਦ ਪ੍ਰਿੰਸੀਪਲ ਗੰਗਾ ਸਿੰਘ ਨੇ ਕਿਹਾ ਵੀ ਜਿਸ ਗੀਤਾ ਨੂੰ ਤੁਸੀਂ ਮਾਂ ਕਹਿੰਦੇ ਹੋ ਉਹ ਤੇ ਮੈਦਾਨੇ ਜੰਗ ਵਿੱਚ ਉਚਾਰਨ ਹੋਈ ਹੈ, ਤੇ ਨਿਰੀ ਮੈਦਾਨੇ ਜੰਗ ਵਿੱਚ ਨਹੀਂ ਉਚਾਰਨ ਹੋਈ, ਗੀਤਾ ਕਰਕੇ ਜੰਗ ਹੋਈ ਹੈ। ਅਗਰ ਗੀਤਾ ਕ੍ਰਿਸ਼ਨ ਦੀ ਰਚਨਾ ਤੋਂ ਨਾ ਨਿਕਲਦੀ ਲੱਖਾਂ ਬੰਦੇ ਮੌਤ ਦੇ ਘਾਟ ਨਹੀਂ ਉਤਰਨੇ ਸਨ, ਤੇ ਤੁਸੀਂ ਇਸੇ ਨੂੰ ਮਾਂ ਕਹੀ ਜਾਂਦੇ। ਇੱਕ ਪਾਸੇ ਅਹਿੰਸਾ ਪਰਮੋ ਧਰਮ ਕਹਿੰਦੇ ਹੋ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਨੂੰ ਭੋਲਾ ਹੋਇਆ ਰਹਿਬਰ ਕਹਿੰਦੇ ਹੋ, ਤੇ ਇੱਕ ਪਾਸੇ ਉਸ ਗੀਤਾ ਨੂੰ ਮਾਂ ਕਹਿੰਦੇ ਹੋ ਜਿਸਨੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰ ਦਿੱਤੇ। ਕਹਿੰਦੇ ਨੇ ਮਹਾਤਮਾ ਗਾਂਧੀ ਨੇ ਜਿਹੜੇ ਬੋਲ ਬੋਲੇ ਇਸ ਤੋਂ ਗੁਸਤਾਖੀ ਮਾਫ ਉਹਨਾਂ ਦੀ ਸ਼ਖਸੀਅਤ ਝਲਕਦੀ ਪਈ ਉਹ ਕੀ ਨੇ। ਉਹਨਾਂ ਨੇ ਕਹਿ ਦਿੱਤਾ ਪ੍ਰਿੰਸੀਪਲ ਸਾਹਿਬ ਇਹ ਜੰਗ ਨਹੀਂ ਹੋਈ, ਇਹ ਅੰਦਰ ਦੀ ਜੰਗ ਦਾ ਜ਼ਿਕਰ ਹੈ। ਮਹਾਤਮਾ ਗਾਂਧੀ ਇਹੀ ਕਹਿੰਦੇ ਹੁੰਦੇ ਸਨ ਹਰ ਥਾਂ ਤੇ, ਇਹ ਜੰਗ ਨਹੀਂ ਹੋਈ, ਇਹ ਅੰਦਰ ਦੀ ਜੰਗ ਦਾ ਜ਼ਿਕਰ ਹੈ। ਤੇ ਗੰਗਾ ਸਿੰਘ ਕਿੱਥੇ ਚੁੱਪ ਕਰਨ ਵਾਲਾ ਸੀ, ਕਹਿਣ ਲੱਗੇ ਜੇ ਇਹ ਜੰਗ ਨਹੀਂ ਹੋਈ ਤਾਂ ਫਿਰ ਇਹ ਵੀ ਕਬੂਲ ਕਰੋ ਕ੍ਰਿਸ਼ਨ ਨਹੀਂ ਹੋਏ, ਕੋਈ ਅੰਦਰ ਦੇ ਕ੍ਰਿਸ਼ਨ ਦੀ ਗੱਲ ਹੈ, ਇਹ ਗੀਤਾ ਬਾਹਰ ਨਹੀਂ ਉਚਾਰਨ ਹੋਈ, ਕੋਈ ਅੰਦਰ ਦੀ ਗੀਤਾ ਦੀ ਗੱਲ ਹੈ। ਬਾਹਰ ਦੀ ਗੀਤਾ ਮੰਨ ਲੈਂਦੇ ਹੋ, ਬਾਹਰ ਦਾ ਕ੍ਰਿਸ਼ਨ ਮੰਨ ਲੈਂਦੇ ਹੋ, ਬਾਹਰ ਦੀ ਮਹਾਭਾਰਤ ਤੋਂ ਇਨਕਾਰੀ ਹੋ, ਇਸ ਵਾਸਤੇ ਕਿ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਖੰਡਨ ਕਰਨ ਦਾ ਇੱਕ ਮੌਕਾ ਮਿਲ ਜਾਂਦਾ। ਕਹਿੰਦੇ ਨੇ ਇਸ ਤਰ੍ਹਾਂ ਦੀ ਦੋ ਝਾੜਾਂ ਜਦ ਗੰਗਾ ਸਿੰਘ ਨੇ ਪਾਈਆਂ, ਮਹਾਤਮਾ ਗਾਂਧੀ ਨੇ ਬਹੁਤ ਵੱਡੀ ਸਭਾ ਵਿੱਚ ਮਾਫੀ ਮੰਗੀ ਸੀ,